ਜੌਬ ਲੱਗੂਗੀ ਉਹ ਉਹਦੀ ਵੇਟ ਕਰ ਰਹੀ ਸੀ। ਠੀਕ ਹੈ ਲਵਪ੍ਰੀਤ, ਮਾਫ ਕਰਨਾ ਬਿਅਤ ਕੌਰ, ਇਹ ਦੱਸੋ ਕਿ ਤੁਹਾਡਾ ਜਿਹੜਾ ਵਿਆਹ ਹੈ ਉਹ ਕਿਹੜੇ ਹਾਲਾਤਾਂ ਦੇ ਵਿੱਚ ਹੋਇਆ ਸੀਗਾ? 2 ਸਾਲ ਹੋ ਗਏ ਸੀਗੇ ਤੁਹਾਡੇ ਵਿਆਹ ਨੂੰ, ਤੇ ਜਦੋਂ ਵਿਆਹ ਹੋਇਆ ਸੀ ਤੁਹਾਨੂੰ ਵੀ ਪੁੱਛਿਆ ਗਿਆ ਸੀਗਾ, ਤੁਹਾਡੀ ਸਹਿਮਤੀ ਦੇ ਨਾਲ ਹੀ ਹੋਇਆ ਸੀਗਾ ਇਹ ਵਿਆਹ? ਹਾਂਜੀ ਹਾਂਜੀ, ਦੋਨਾਂ ਦੀ ਸਹਿਮਤੀ ਨਾਲ ਹੀ ਹੋਇਆ ਸੀ। ਦੋਨਾਂ ਦੀ ਸਹਿਮਤੀ ਨਾਲ, ਠੀਕ ਹੈ। ਸੋ ਤੁਸੀਂ 10 ਦਿਨ ਉਸ ਪਰਿਵਾਰ ਦੇ ਵਿੱਚ ਰਹੇ ਹੋ ਤੇ ਉਸ ਤੋਂ ਬਾਅਦ ਤੁਸੀਂ ਕੈਨੇਡਾ ਆ ਗਏ ਹੋ। ਤੁਹਾਡਾ ਇਹ ਜਿਹੜਾ ਪ੍ਰੋਸੈਸ ਸ਼ੁਰੂ ਹੋ ਰਿਹਾ ਸੀ ਜਦੋਂ ਵਿਆਹ ਹੋਣਾ ਸੀਗਾ, ਤੁਸੀਂ ਉਦੋਂ ਆਈਲੈਟਸ ਕਰ ਚੁੱਕੇ ਸੀਗੇ ਜਾਂ ਵਿਆਹ ਤੋਂ ਬਾਅਦ ਆਪਣਾ ਕੰਪਲੀਟ ਕੀਤਾ ਪ੍ਰੋਸੈਸ ਕਿਵੇਂ ਹੋਇਆ? ਮੈਂ ਉਦੋਂ ਆਈਲੈਟਸ ਕਰ ਲਈ ਸੀ। ਮੈਂ ਕਰ ਲਈ ਸੀਗੀ ਤੇ ਤੁਸੀਂ ਇਸ ਆਈਲੈਟਸ ਨੂੰ ਕਰਨ ਤੋਂ ਬਾਅਦ ਤੁਹਾਡਾ ਰਿਸ਼ਤਾ ਹੋਇਆ ਸੀਗਾ ਜਦੋਂ ਆਈਲੈਟਸ ਕੰਪਲੀਟ ਕਰ ਲਈ ਸੀ ਉਦੋਂ ਰਿਸ਼ਤਾ ਹੋਇਆ ਸੀ? ਰਿਸ਼ਤਾ ਹੋਇਆ ਸੀ, ਹਾਂਜੀ। ਠੀਕ ਹੈ, ਰਿਸ਼ਤੇ ਦੀ ਡਿਮਾਂਡ ਜਿਹੜੀ ਆ, ਰਿਸ਼ਤਾ ਜਿਹੜਾ ਉਹ ਤੁਹਾਡੇ ਵੱਲੋਂ ਪਹੁੰਚ ਕੀਤੀ ਗਈ ਸੀ ਜਾਂ ਮੁੰਡੇ ਵਾਲਿਆਂ ਦੇ ਵੱਲੋਂ ਅਪਰੋਚ ਕੀਤੀ ਗਈ ਸੀ, ਕਿਵੇਂ ਹੋਇਆ ਸੀ? ਮੁੰਡੇ ਵਾਲਿਆਂ ਵੱਲੋਂ। ਠੀਕ ਹੈ, ਉਸ ਟਾਈਮ ਕੀ ਗੱਲਬਾਤ ਹੋਈ ਸੀਗੀ ਤੁਹਾਡੇ ਪਰਿਵਾਰ ਦੀ ਤੇ ਮੁੰਡੇ ਵਾਲਿਆਂ ਦੇ ਪਰਿਵਾਰ ਦੀ? ਜ਼ਾਹਿਰ ਜੀ ਗੱਲ ਤੁਹਾਨੂੰ ਵੀ ਉਹ ਸਾਰਾ ਕੁਝ ਪਤਾ ਹੋਏਗਾ, ਕੀ ਗੱਲਬਾਤ ਹੋਈ ਸੀ ਕਿ ਰਿਸ਼ਤਾ ਕਿਵੇਂ ਹੋਇਆ ਸੀ? ਸਾਡੀ ਵੀ ਰਿਸ਼ਤੇਦਾਰੀ ਸੀਗੀ, ਜਿੱਦਾਂ ਮੈਂ ਕਿਹਾ ਮੇਰੇ ਚਾਚਾ ਜੀ ਲੱਗਦੇ ਸੀ ਤੇ ਉਹਨਾਂ ਦੇ ਫੁੱਫੜ ਜੀ ਲੱਗਦੇ ਸੀਗੇ, ਤੇ ਉਸ ਕਰਕੇ ਵੀ ਉਹਨਾਂ ਨੇ ਵਿੱਚ ਹੋ ਕੇ ਵੀ ਰਿਸ਼ਤਾ ਕਰਵਾਤਾ ਸੀਗਾ ਵੀ ਅਸੀਂ ਵੀ ਮੁੰਡੇ ਨੂੰ ਬਾਹਰ ਭੇਜਣਾ ਆ, ਤਾਂ ਉਹਨਾਂ ਨੇ ਰਿਸ਼ਤਾ ਕਰਵਾਇਆ ਸੀ। ਤੇ ਫਿਰ ਕੋਈ ਕਿਸੇ ਤਰ੍ਹਾਂ ਦੀ ਡੀਲ ਹੋਈ ਸੀਗੀ ਵੀ ਆਈਲੈਟਸ ਤੁਸੀਂ ਕਰ ਲਈ ਹੈ ਤੇ ਪੈਸਾ ਮੁੰਡੇ ਵਾਲੇ ਲਾ ਦੇਣਗੇ ਤੇ ਫਿਰ ਤੁਸੀਂ ਇੱਥੇ ਕੈਨੇਡਾ ਆ ਜਾਓਗੇ ਤੇ ਉਸ ਤੋਂ ਬਾਅਦ ਤੁਸੀਂ ਮੁੰਡੇ ਨੂੰ ਬੁਲਾ ਲਓਗੇ? ਕੋਈ ਡੀਲ ਤਾਂ ਹੋਣੀ ਹੈ ਨਾ, ਤੁਹਾਡੇ ਵੀ ਜ਼ਹਿਨ ਦੇ ਵਿੱਚ ਇਹ ਗੱਲ ਹੋਏਗੀ ਕਿ ਚੱਲ ਪੈਸਾ ਸਾਡੇ ਕੋਲ ਇੰਨਾ ਨਹੀਂ ਹੈ, ਆਈਲੈਟਸ ਤੁਸੀਂ ਕਰ ਚੁੱਕੇ ਹੋ ਤੇ ਪੈਸਾ ਮੁੰਡੇ ਵਾਲੇ ਲਾ ਦੋਗੇ? ਇੱਦਾਂ ਮੈਮ ਡੀਲ ਤਾਂ ਨਹੀਂ ਕਹਿ ਰਹੇ ਵੀ ਪ੍ਰੋਪਰ ਵਿਆਹ ਹੋਇਆ ਸੀ, ਪਹਿਲਾਂ ਸਾਡੀ ਇੰਗੇਜਮੈਂਟ ਹੋਈ ਸੀਗੀ, ਫਿਰ ਮੈਂ ਇੱਧਰ ਆਈ ਸੀ, ਫਿਰ ਮੈਂ ਇੰਡੀਆ ਗਈ ਸੀ, ਫਿਰ ਸਾਡੀ ਮੈਰਿਜ ਹੋਈ ਸੀ ਪ੍ਰੋਪਰ। ਠੀਕ ਹੈ, ਹਾਂਜੀ, ਓਕੇ। ਸੋ ਸਾਰਾ ਸਿਲਸਿਲਾ ਜਿਹੜਾ ਸਾਰਾ ਕੁੱਲ ਮਿਲਾ ਕੇ ਇਹੀ ਚੱਲਦਾ ਰਿਹਾ ਵੀ ਕੈਨੇਡਾ ਆਉਣ ਦੀ ਜਿਹੜੀ ਹੈ ਉਹੀ ਸੀਗੀ ਵੀ ਮੈਨੂੰ ਕੈਨੇਡਾ ਨਹੀਂ ਬੁਲਾਇਆ ਜਾ ਰਿਹਾ। ਤੁਸੀਂ ਦੱਸਿਆ ਸੀ ਵੀ ਕੋਵਿਡ ਦੇ ਹਾਲਾਤਾਂ ਕਰਕੇ ਫਾਈਲਾਂ ਲੱਗ ਨਹੀਂ ਰਹੀਆਂ, ਇਹ ਗੱਲ ਕਰਦੇ ਸੀ ਤੁਸੀਂ? ਹਾਂਜੀ ਮੈਮ, ਉਹ ਖੁਦ ਵੀ ਮੈਨੂੰ ਕਹਿੰਦੇ ਸੀਗੇ ਵੀ ਹਨਾ ਇੱਦਾਂ